ਜਨਾਬ ਆ ਡਾਇਲੋਗ ਸੁਣਿਆ ਸੁਣਾਇਆ ਨਹੀਂ ਲੱਗਦਾ ਉਹ ਮੈਨੂੰ ਪਤਾ ਹੈ ਸੁਨੀਲ ਸ਼ੈਟੀ ਦੀ ਫਿਲਮ ਦਾ ਹੈ ਮੈਂ ਵੀ ਉਹਦੇ 'ਚ ਹੀ ਸੁਣਿਆ ਤੂੰ ਵੀ ਉਹਦੇ 'ਚ ਸੁਣਿਆ ਆ ਕੋਈ ਨਹੀਂ ਫਿਰ ਉਹ ਸਾਹਿਬ ਕੁੜੀ ਤੁਹਾਡੇ ਤੇ ਸੁਨੀਲ ਸ਼ੈਟੀ ਦਾ ਡਾਇਲੋਗ ਮਾਰ ਗਈ ਉਹ ਸਾਲੇ ਤੁਹਾਨੂੰ ਇੰਨੇ ਸਾਲ ਹੋ ਗਏ ਮੇਰੇ ਨਾਲ ਕੰਮ ਕਰਦੇ ਤੁਸੀਂ ਮੈਨੂੰ ਪਛਾਣ ਨਹੀਂ ਸਕੇ ਭਾਜੀ ਵਰਦੀ ਮੈਂ ਅੱਧੀ ਪਾਉਂਦਾ ਰਿਵੋਲਵਰ ਮੈਂ ਖਾਲੀ ਰੱਖਦਾ ਤੇ ਗੋਲੀਆਂ ਮੇਰੇ ਕੋਲ ਹੁੰਦੀਆਂ ਮੈਂ ਤਾਂ ਸਿਰਫ ਇਹ ਦੇਖਣਾ ਚਾਹੁੰਦਾ ਸੀ ਕਿ ਕੁੜੀ ਮੁੰਡਿਆਂ ਨੂੰ ਭਜਾ ਕੇ ਲੈ ਕੇ ਜਾ ਰਹੀ ਹੈ ਮੁੰਡੇ ਕੁੜੀ ਨੂੰ ਭਜਾ ਕੇ ਲੈ ਕੇ ਜਾ ਰਹੇ ਹੋਰ ਆਪਾਂ ਵਿੱਚੋਂ ਅੰਬ ਲੈਣੇ ਸਮਝ ਗਏ ਕਿ ਨਹੀਂ ਸਮਝ ਗਏ ਜੀ ਹਾਂ ਜਾਓ ਫਿਰ ਅੰਬ ਲੈ ਕੇ ਆਓ ਅੰਬ ਉਹ ਡਾਇਲੋਗ ਮਾਰ ਕੇ ਅੰਬ ਖਾਣ ਨੂੰ ਜੀ ਕਰਦਾ ਯਾਰ ਆ ਜਾਓ ਅੰਬ ਖਾਂਦੇ ਕਾਕਾ ਜੀ ਹੈ ਜੀ ਅੱਧਾ ਪੌਣਾ ਘੰਟਾ ਆ ਜਾਓ ਅੱਜ ਤਾਂ ਵਾਕਿਆ ਹੀ ਬੱਲੇ ਬੱਲੇ ਕਰਾਤੀ ਮੈਂ ਕਿਹਾ ਗੀਤ ਜੀ ਬੜੇ ਡਰੇਗਾ ਕਿਆ ਬਾਤ ਹੈ ਜੀ ਅੱਜ ਤੱਕ ਮਾਲ ਕਰਤਾ ਡੇਰਿੰਗ ਤੂੰ ਵੀ ਘੱਟ ਨਹੀਂ ਹੈਗਾ ਵੈਸੇ ਇੰਸਪੈਕਟਰ ਦੀ ਗੱਲ ਤੋਂ ਮੈਨੂੰ ਧਿਆਨ ਆਇਆ ਵਾਕਈ ਸ਼ਕਲੋ ਹੀ ਚੋਰ ਲੱਗਦਾ ਚੋਰ ਉਹ ਗੱਲ ਸੁਣ ਗੱਡੀ ਰੋਕ ਯਾਰ ਇਹਨੂੰ ਗੱਡੀ ਚੋ ਲਾ ਆਪਾਂ ਲੈ ਕੇ ਨਹੀਂ ਜਾਣਾ ਆਹੋ ਯਾਰ ਇਹਦਾ ਕੀ ਭਰੋਸਾ ਚੋਰ ਦਾ ਗਹਿਣੇ ਚੋਰੀ ਕਰਦਾ ਸ਼ਰਮ ਤਾਂ ਇਹਨੂੰ ਤੂੰ ਉੱਧਰ ਥੱਲੇ ਉੱਧਰ ਯਾਰ ਇੱਕ ਮਿੰਟ ਹੋਏ ਖੜ ਜਾ ਅੱਛਾ ਮੈਂ ਗੀਤ ਗੀਤੀ ਸੌ ਖਾਂਦਾ ਮੈਂ ਕੋਈ ਚੋਰੀ ਨਹੀਂ ਕਰਦਾ ਗੀਤੀ ਝੂਠੀ ਸੌਣਾ ਖਾਈ ਤੈਨੂੰ ਮੈਂ ਦੱਸ ਦਿੱਤਾ ਮੈਂ ਮਾਰ ਕੇ ਮੁੱਕਾ ਤੇ ਨਾਸਾਂ 'ਚੋਂ ਸੀਰ ਕੱਢ ਦੇਣਾ ਤੇਰਾ ਮੈਂ ਕਦੇ ਕਿਸੇ ਨੂੰ ਸੱਚੀ ਸੌਣੀ ਖਾਣ ਦਿੰਦਾ ਹਾਂ ਗੀਤੀ ਸੌਣੀ ਖਾਣੀ ਤੂੰ ਬਾਤ ਤੂੰ ਇੱਥੇ ਕਰਦਾ ਤੂੰ ਬਾਹਰ ਨਿਕਲ ਯਾਰ ਤੂੰ ਬਾਹਰ ਨਿਕਲ ਤੂੰ ਬਾਹਰ ਨਿਕਲ ਬਾਹਰ ਚੱਲ ਯਾਰ ਗੱਡੀ ਜਦੋਂ ਬਾਹਰ ਚੱਲ ਨਿਕਲ ਤੂੰ ਬਾਹਰ ਜਾਣਾ ਕਿ ਯਾਰ ਬਸ ਕਰੋ ਬਸ ਕਰੋ ਇਹ ਗਹਿਣੇ ਮੈਂ ਲੈ ਕੇ ਆਈ ਹਾਂ ਕੀਤੀ ਤੁਸੀਂ ਚੋਰੀ ਕੀਤੀ ਮੈਂ ਕੋਈ ਚੋਰੀ ਨਹੀਂ ਕੀਤੀ ਮੇਰੀ ਦਾਦੀ ਨੇ ਇਹ ਗਹਿਣੇ ਮੇਰੇ ਲਈ ਬਣਾਏ ਸੀ ਮੈਂ ਤੇ ਆਪਣੀ ਅਮਾਨਤ ਹੀ ਲੈ ਕੇ ਜਾ ਰਹੀ ਹਾਂ ਮੈਂ ਕੀ ਗਲਤ ਕੀਤਾ ਜੇ ਕੁਛ ਗਲਤ ਨਹੀਂ ਕੀਤਾ ਫਿਰ ਅਸੀਂ ਇੱਥੇ ਖੜੇ ਖੜੇ ਕੀ ਕਰ ਰਹੇ ਹਾਂ ਛੇਤੀ ਨਿਕਲੋ ਮੇਰੀ ਫਲਾਈਟ ਨਿਕਲਣ ਵਾਲੀ ਹੈ ਇਸ ਬੰਦੂਕ ਦਾ ਕੀ ਕਰਾਂ ਖਰਾਬ ਹੋ ਗਈ ਯਾਰ ਓਏ ਕਿਹੜੀ ਮਾਰੀ ਨਾਲ ਗੱਡੀ ਦਿੱਤੀ ਹੈ ਹਰ ਦੋ ਮਿੰਟ ਬਾਅਦ ਖੜਾਕੜ ਕਰਕੇ ਬੰਦ ਹੋ ਜਾਂਦੀ ਹੈ ਮੇਰੀ ਹੋਣ ਵਾਲੀ ਵੋਟੀ ਨੂੰ ਭਜਾ ਕੇ ਲੈ ਕੇ ਚੱਲੇ ਹੋਰ ਮੈਂ ਅਰਦਾਸ ਕਰਾ ਕੇ ਗੱਡੀ ਦਿੰਦਾ ਤੁਹਾਨੂੰ ਬਈ ਸੱਚਿਆ ਪਾਤਸ਼ਾਹ ਮੇਰੀ ਹੋਣ ਵਾਲੀ ਵੋਟੀ ਨੂੰ ਸੁੱਖੀ ਸਾਂਦੀ ਭਜਾ ਕੇ ਲੈ ਜਾ ਅੱਛਾ ਇਹਦਾ ਮਤਲਬ ਤੂੰ ਮੰਨਦਾ ਹੈ ਕਿ ਗੱਡੀ ਤੋਂ ਮਾੜੀ ਨੀਤ ਨਾਲ ਦਿੱਤੀ ਸਾਨੂੰ ਹੈ ਉਹ ਸ਼ੱਤ ਪਿਆਰ ਜਦ ਦੇਖੋ ਹਰ ਦੋ ਮਿੰਟ ਲੜਦੇ ਰਹਿੰਦੇ ਹੋ ਹੁਣ ਸੋਚੋ ਅੱਗੇ ਕੀ ਕਰਨਾ ਹੈ ਆ ਦੇਖ ਓਏ ਗਰੀਬਾਂ ਦਾ ਅਸ਼ੂ ਦੋਸਣਾ ਆ ਗਿਆ ਭੱਜੋ 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 ਤੂੰ ਇੱਥੇ ਰਹਿ ਮੈਂ ਕਰਦਾ ਕੁਛ ਆਇਆ ਬਸ
ਹੈਲੋ ਚਾਬੀ ਜਾਓ ਥੈਂਕ ਯੂ ਸੋ ਮਚ ਆ ਜਾਓ ਬੜੀ ਚਲ ਚਲ ਹਾਂ ਚੱਡਾ ਬੋਲ ਉਹ ਤੁਹਾਡੀ ਕੁੜੀ ਤੇ ਉਹ ਮੁੰਡੇ ਸਾਡੇ ਹੋਟਲ ਦੇ ਵਿੱਚ ਕਮਰਾ ਨੰਬਰ ਕੀ ਹੈ ਕਮਰਾ ਨੰਬਰ ਵੇਖੀ ਸ਼ੇਰ ਸਿਆ ਜੋ ਕੁਝ ਵੀ ਕਰਨਾ ਹੈ ਨਾ ਪੁੱਤ ਬੜਾ ਸੋਚ ਸਮਝ ਕੇ ਕਰੀ एक मिनट कोई हिलेगा नहीं अपनी जगह तो इतने तो कोई भी नहीं आया लगता है नट गए चलो चलो चल 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 ਹੁਣ ਕਿੱਥੇ ਜਾਓਗੇ ਗੀਤ ਅੰਕਲ ਪਲੀਜ਼ ਪਲੀਜ਼ ਜਾਂਦੇ ਯਾਰ ਰੋਕ ਲਾ ਇਹਨੂੰ ਹੁਣ ਨਾ ਨਾ ਕਾਕਾ ਜੀ ਇਸ ਤਰ੍ਹਾਂ ਨਹੀਂ ਕਰੀਦਾ ਇਸ ਬੀਬੀ ਦੀ ਸੁਪਾਰੀ ਤੇ ਆਪਾਂ ਲਿੱਤੀ ਹੈ ਗਨ ਥੱਲੇ ਰੱਖ ਚੱਲ ਛੇਤੀ ਕਰ आ जाओ बीबी इतने आ जा ले फड़ जल्दी कर माय सेल पहुंची फिर आना है कुमजी जब कर रहे हर जी की हाल चाल ने तेरे की हाल चाल है गैंडिया ठीक है कम बेरी कम क्यों साले हो फिर मैनू छड़ के चले सी ना तुसी आखिर काम तुहाडे मैं ही आउना होना सीधा खड़ा बंदूक थले कर ਉਹ ਸੁਣਿਆ ਕਰ ਸਿਆਣਿਆਂ ਦੀ ਗੱਲ ਥੱਲੇ ਰੱਖ ਗਨ ਤੂੰ ਮੂੰਹ ਪਰੇ ਰੱਖ ਬਸ ਹਾਂਜੀ ਪਰੇ ਕਰ ਲਿਆ ਇੱਕ ਮਿੰਟ ਭਾਜੀ ਇਸ ਪੂਤ ਨੇ ਮੈਨੂੰ ਬੜਾ ਤੰਗ ਕੀਤਾ ਹੈ ਭਾਜੀ ਜ਼ਰਾ ਗੈਟ ਅਸਾਈਡ ਇੱਕ ਮਿੰਟ ਟੇਕਿੰਗ ਇਹ ਡਰਾਉਣੇ ਦਾ ਤੇ ਮੰਨਿਆ ਤੂੰ ਸਮੁੰਦਰ 'ਚ ਕਹੋਗਾ ਸਾਡੇ ਪਿੱਛੇ ਕਿਉਂ ਪਿਆ ਹੈ ਪੂਚੀ ਤੁਸੀਂ ਤਾਂ ਫੇਰਤੀ ਮੇਰੀ ਕੂਚੀ ਦੇਖੋ ਜੀ ਮੈਨੂੰ ਤਾਂ ਸਵੀਟੀ ਮੈਡਮ ਨੇ ਸੁਪਾਰੀ ਦਿੱਤੀ ਸੀ ਗੀਤ ਨੂੰ ਮਾਰਨ ਲਈ ਮੇਰੀ ਕੋਈ ਗਲਤੀ ਨਹੀਂ ਹੈ ਤਾਂ ਮੇਰੀ ਤਾਂ ਅੱਖ ਵੀ ਠੀਕ ਹੈ ਸਵੀਟੀ ਇਹ ਕਿਹੜੀ ਨਵੀਂ ਟੋਫੀ ਦਾ ਨਾਮ ਹੈ ਓ ਸਵੀਟੀ ਐ ਗਿਰੇ ਹੋਇਆ ਕੰਮ ਕਰੇਗੀ ਕਦੀ ਸੋਚਿਆ ਨਹੀਂ ਸੀ ਮੈਂ ਵੀ ਕਦੀ ਨਹੀਂ ਸੋਚਿਆ ਸੀ ਮੈਨੂੰ ਤਾਂ ਕਹਿੰਦੀ ਏ ਕਿ ਸੁਪਾਰੀ ਦੀ ਪੇਮੈਂਟ ਟੀਡੀਐਸ ਕੱਟ ਕੇ ਦੇਗੀ ਦੱਸੋ ਸੀ ਆਲਾ ਟੀਡੀਐਸ ਯਾਰ ਹਾਂ ਛੇਤੀ ਕਰੋ ਫਲਾਈਟ ਮਿਸ ਹੋਣ ਵਾਲੀ ਹੈ ਚਲੋ 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 ਬਾਈ ਉਹ ਖੜੇ ਰਹੋ ਮਗਰ ਨਾ ਆਇਓ ਨਾਲੇ ਗੱਲ ਸੁਣੋ ਤੁਸੀਂ ਭੂਤਨੀ ਦੇ ਉੱਥੇ ਗੋਲੀਆਂ ਚਲਾ ਚਲਾ ਸਾਨੂੰ ਪਾਗਲ ਕਰਤਾ ਤੁਹਾਨੂੰ ਕਿਸੇ ਕੰਜਰ ਨੇ ਅਕਲ ਨਹੀਂ ਸਿਖਾਈ ਤੇ ਗੋਲੀ ਵੱਜਣ ਨਾਲ ਬੰਦਾ ਮਰ ਵੀ ਜਾਂਦਾ ਹੈ ਬੋਲਦੇ ਨਹੀਂ ਉਹ ਪੁੱਪੀ ਚੱਲ ਓਏ ਬੜਾ ਸ਼ੌਂਕ ਸੀ ਤੁਹਾਨੂੰ ਗੋਲੀਆਂ ਚਲਾਉਂਦਾ ਤੁਹਾਨੂੰ ਮੈਂ ਦੱਸਦਾ ਗੋਲੀਆਂ ਕਿੱਦਾਂ ਚਲਾਈਆਂ ਨਹੀਂ ਓਏ ਇਹ ਤਾਂ ਮੂੰਹ ਤੋਂ ਹੀ ਡਿਸਕਿਊ ਡਿਸਕਿਊ ਕਰੀ ਆ ਰਿਹਾ ਹੈ ਗਨ ਖਾ ਲਈ ਹੈ ਆਪਣੀ ਗਨ ਚੱਕੋ ਓ ਪੁੱਪੀ ਓ ਗਨ ਚੱਕ ਪੁੱਪ ਗਿਆ ਕੀ ਚਾਚੀ ਤੁਹਾਡੇ ਤੇ ਅਸੀਂ ਹੱਥ ਵੀ ਨਹੀਂ ਚੁੱਕ ਸਕਦੇ ਛੇਤੀ ਚੱਲ ਪੁੱਪੀ ਗੀਤ ਕਰ ਚੱਲ ਚੱਲ ਕਰ ਚੱਲ ਬਸ ਮਾਨ ਕੀ ਗੱਲ ਚੱਕ ਦਿਓ ਮੇਰੀ ਰੋਟੀ ਫੇਰ ਮਾਰ ਜਾਣੀ ਇੱਧਰ ਕਰੋ ਚੁੱਪ ਕਰ ਜੀਜਾ ਜੀ ਤੁਸੀਂ ਅਸੀਂ ਤੁਹਾਡੇ ਤੇ ਹੱਥ ਕਿਵੇਂ ਚੁੱਕ ਸਕਦੇ ਹਾਂ ਹਾਂ ਯੈਸ ਵੈਰੀ ਗੁੱਡ ਬੋਏ ਆਮ ਜੀਜਾ ਜੀ ਹੱਥ ਨਹੀਂ ਚੁੱਕ ਸਕਦੇ ਪਰ ਮੈਂ ਵੀ ਚੁੱਕ ਸਕਦਾ ਨਾ ਜੀਜਾ ਕੰਮ ਚੱਲ ਫਤਿਹ ਚੱਲ ਜਲਦੀ ਕਰ ਚੱਲ ਯਾਹੋ ਸਟੇ ਹੇਅਰ ਬੈਠੋ ਗੱਡੀ ਚੱਲ 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 ਗੱਡੀ ਓਏ ਓਏ ਮੇਰਾ ਬੈਗ ਗੱਡੀ ਰੋਕ ਮੇਰਾ ਬੈਗ ਅਗੇ ਤਾਂ ਹਲਾ ਕਾਸਾ ਨਾ
ਤੂੰ ਪਰੇ ਮਾਰ ਬਹਿ ਜਾ ਥੱਲੇ ਜ਼ਰਤ ਕਿ ਤੁਸੀਂ ਸ਼ੇਰ ਸਿੰਘ ਦੀ ਇੱਜ਼ਤ ਤੇ ਹੱਥ ਪਾਓ। ਉਹ ਤੈਨੂੰ ਸ਼ਰਮ ਨਾ ਆਈ? ਤੇਰੇ ਨਾਲ ਵਿਆਹ ਕਰਾਉਣ ਵਾਲੀ ਕੁੜੀ ਨੂੰ ਤੂੰ ਆਪ ਹੀ ਭਜਾ ਰਿਹਾ। ਉੱਲੂ ਦਾ ਪੱਠਾ? ਹਾਂ ਹਾਂ, ਮੈਂ ਉੱਲੂ ਦਾ ਪੱਠਾ ਜਿਹੜਾ ਆਪਣੀ ਹੋਣ ਵਾਲੀ ਘਰ ਵਾਲੀ ਨੂੰ ਭਜਾ ਕੇ ਲਿਜਾ ਰਿਹਾ। ਪਰ ਕਿਉਂ ਕਿਉਂ ਗੀਤ ਕੀ ਚਾਹੁੰਦੀ? ਕਦੇ ਕਿਸੇ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਉਹਨੂੰ? ਗੀਤ ਗੀਤ ਮੇਰੀ ਬਚਪਨ ਦੀ ਦੋਸਤ ਹੈ। ਉਹ ਵਿਚਾਰੀ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੀ ਹੈ, ਪਰ ਤੁਹਾਨੂੰ ਕਿਸੇ ਨੂੰ ਪਰਵਾਹ ਹੀ ਨਹੀਂ। ਤੁਹਾਨੂੰ ਆਪਣੀ ਯਾਰੀ ਦੋਸਤੀ ਦੀ ਪਈ ਹੈ, ਬਸ ਆਪਣੀਆਂ ਮੁੱਛਾਂ ਖੜੀਆਂ ਕਰ ਲਓ। ਗੀਤ ਭਾਵੇਂ ਜੀਏ ਭਾਵੇਂ ਮਰੇ, ਗੀਤਾ ਕੀ ਹੈ? ਪਰ ਗੀਤ ਦੀ ਖੁਸ਼ੀ ਤੋਂ ਬਾਅਦ ਮੈਨੂੰ ਹੋਰ ਕੋਈ ਖੁਸ਼ੀ ਨਹੀਂ, ਔਰ ਮੈਂ ਗੀਤ ਦੀ ਖੁਸ਼ੀ ਵਾਸਤੇ ਕੁਝ ਵੀ ਕਰ ਸਕਦਾ। ਬਸ ਇੰਨਾ ਹੀ ਕਹਿਣਾ ਸੀ ਮੈਂ। ਹੁਣ ਭਾਵੇਂ ਤਾਲੀਆਂ ਮਾਰ ਲਓ ਭਾਵੇਂ ਗੋਲੀਆਂ ਮਾਰ ਦਿਓ। ਤੁਹਾਨੂੰ ਗੀਤ ਦੀ ਬੜੀ ਫਿਕਰ ਹੈ, ਤੁਸੀਂ ਸਾਰੇ ਇਹਦੇ ਖੈਰ ਖਵਾਓ। ਇਹ ਪਿਓ ਆਪਣੀ ਧੀ ਦਾ ਦੁਸ਼ਮਣ ਹੈ। ਤੂੰ ਇਹ ਕਹਿਣਾ ਚਾਹੁੰਦਾ? ਇਹ ਕਹਿਣਾ ਚਾਹੁੰਦਾ ਤੂੰ? ਪਾਪਾ ਫਿਰ ਤੁਸੀਂ ਖੁਦ ਹੀ ਦੱਸੋ ਕਿ ਤੁਸੀਂ ਮੇਰੀ ਖੁਸ਼ੀ ਚਾਹੁੰਦੇ ਹੋ ਜਾਂ ਪੂਰੇ ਪਿੰਡ ਦੇ ਸਾਹਮਣੇ ਆਪਣੀ ਮੁੱਛ ਉੱਚੀ ਰੱਖਣਾ ਚਾਹੁੰਦੇ ਹੋ? ਗੀਤ, ਪਾਪਾ ਇੱਕ ਵਾਰ ਆਪਣੇ ਦਿਲ ਤੋਂ ਪੁੱਛੋ ਕਿ ਇਹ ਵਿਆਹ ਕਰਾ ਕੇ ਤੁਸੀਂ ਮੈਨੂੰ ਖੁਸ਼ ਦੇਖਣਾ ਚਾਹੁੰਦੇ ਹੋ ਤੇ ਮੈਂ ਹੁਣੇ ਹੀ ਸਭ ਛੱਡ ਕੇ ਪਿੰਡ ਵਿਆਹ ਕਰਾਉਣ ਚੱਲਦੀ ਹਾਂ। ਉਹ ਸ਼ੇਰ ਸਿਆ ਸੋਚਦਾ ਕੀ ਹੈ? ਲੈ ਚੱਲ ਕੁੜੀ ਨੂੰ ਪਿੰਡ। ਬਸ ਬਲਵੰਤ, ਜਿਹੜੀ ਦੋਸਤੀ ਬੱਚਿਆਂ ਦੀਆਂ ਖੁਸ਼ੀਆਂ ਲੈ ਲੈ, ਜਿਹੜੀ ਦੋਸਤੀ ਬੱਚਿਆਂ ਦੇ ਦੁੱਖਾਂ ਦਾ ਨਾਸੂਰ ਬਣ ਜਾਏ, ਉਹਦੇ ਨਾਲੋਂ ਦੁਸ਼ਮਣੀ ਚੰਗੀ। I'm so sorry. Papa. So sorry, ਬੇਟਾ। So sorry, I am. I love you, Papa. Love you, Papa. Thank you. Thank you. ਜਾਓ ਮੁੰਡਿਓ। ਹਾਂਜੀ। ਜਿਹੜਾ ਕੰਮ ਅਧੂਰਾ ਰਹਿ ਗਿਆ ਉਹ ਪੂਰਾ ਕਰਕੇ ਆਓ। ਹਾਂਜੀ, ਹੋ ਗਿਆ ਜੀ, ਹੋ ਗਿਆ ਜੀ। ਜਾ। ਥੈਂਕ ਯੂ ਸਰ। ਆ ਜਾ 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 ਚੱਲ 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 ਚੱਲ। ਇਸ ਤੋਂ ਪਹਿਲਾਂ ਅੰਕਲ ਦਾ ਮੂਡ ਦੁਬਾਰਾ ਖਰਾਬ ਹੋ ਜਾਊਗਾ। ਚੱਲ ਯਾਰ, ਤੂੰ ਕੀ ਕਰੀ ਜਾਂਦਾ? ਚੱਲ 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 ਜੀ, ਚੱਲ 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 ਚੱਲ। ਬਾਏ 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 ਬਾਏ। ਯਾਰ ਚੇਲਾ ਰਾਮ ਜੀ। ਉਸਤਾਦ ਜੀ। ਯਾਰ ਗੀਤ ਨੂੰ ਮਾਰ ਕੇ ਆਪਾਂ ਬਹੁਤ ਵੱਡੀ ਗਲਤੀ ਕਰਨ ਜਾ ਰਹੇ ਸੀ ਯਾਰ। ਤੇ ਉਸਤਾਦ ਜੀ, ਜਿਹੜਾ ਤੁਸੀਂ ਪਹਿਲੀ ਵਾਰੀ ਕਰਨ ਜਾ ਰਹੇ ਸੀ। ਆਈ ਦੇਖੋ, ਏ ਇਮੋਸ਼ਨਲ ਮੂਮੈਂਟ ਹੈ, ਇਸ ਲਈ ਮੈਂ ਤੇਰੇ ਮੂੰਹ ਨਹੀਂ ਲੱਗਣਾ ਚਾਹੁੰਦਾ। ਫੋਨ ਲਗਾ ਮੈਡਮ ਨੂੰ, ਗੱਲ ਕਰਾ ਮੇਰੀ। ਆ ਲਓ ਬੋਲ। ਹਾਂਜੀ ਭੂਚੀ। ਓ ਜੀ ਨਹੀਂ, ਫੇਰ ਨਹੀਂ ਕੁਚੀ। ਤੂੰ ਮੈਨੂੰ ਇਹ ਦੱਸ, ਗੀਤ ਦਾ ਕੀ ਬਣਿਆ? ਦੇਖੋ ਜੀ, ਇੱਥੇ ਜੀ ਹੈ ਮਾਮਲਾ ਜਿਹੜਾ ਸੈਂਟੀ ਹੋ ਗਿਆ, ਤੇ ਆਪਾਂ ਵੀ ਬੜੇ ਸੈਂਟੀ ਹੋ ਗਏ, ਤੇ ਹੁਣ ਨਾ ਤਾਂ ਆਪਾਂ ਉਸ ਕੁੜੀ ਨੂੰ ਮਾਰਾਂਗੇ ਨਾ ਕਿਸੇ ਭੈ ਨੂੰ ਮਾਰਨ ਦੇਵਾਂਗੇ। ਤਾਂ ਫਿਰ ਮੈਨੂੰ ਹੀ ਕੁਛ ਕਰਨਾ ਪੈਣਾ।
ਆਪਣੇ ਟਵਿਸਟ ਆ ਗਿਆ ਸਵੀਟੀ ਗਰੀਬਾਂ ਦੀ ਰਾਖੀ ਸਾਵੰਤ ਇਹ ਹੈ ਸਵੀਟੀ ਹਾਂ ਬੇਟੇ ਮੂੰਹ ਤੇਰਾ ਨਾ ਸਾਲੀ ਦਾ ਸਵੀਟੀ ਹੈ ਕਰਤੂਤਾਂ ਕਰੇਲੇ ਵਾਲੀਆਂ ਇਹਦੀਆਂ ਓਹ ਹੁਣ ਕੀ ਕਰੀਏ ਇੱਕ ਘੰਟਾ ਬਚਿਆ ਮੇਰੀ ਫਲਾਈਟ ਨੂੰ ਐਕਸ਼ਨ ਕਰਨ ਦੋ ਲਓ ਜੀ ਸਨੈਕਸ ਦਾ ਟਾਈਮ ਹੋ ਗਿਆ ਸਮੋਸਾ ਲੈ ਲਓ ਭਾਜੀ ਤੁਸੀਂ ਤਾਂ ਲੈ ਲਓ ਨਹੀਂ ਲੈ ਲਓ ਭੁੱਖ ਲੱਗੀ ਲੈ ਲਓ ਉਹ ਤੂੰ ਛੇਤੀ ਚਲਾ ਛੇਤੀ ਚਲਾ ਥੋੜੀ ਇੱਧਰ ਕੀ ਦੇਖਦਾ ਮੈਂ ਉੱਧਰ ਦੇਖ ਸਮੋਸਾ ਨਹੀਂ ਦੇਖਿਆ ਕਦੀ ਸਾਲ ਦਾ ਇੰਤਜ਼ਾਰ ਬੜਾ ਲੰਬਾ ਹੁੰਦਾ ਕਾਕਾ ਓ ਗਰੀਬਾਂ ਦੇ ਵਜਾ ਮਾ ਲਿਆ ਅਸੀਂ ਵੀ ਯਾਰਾਂ ਦੇ ਯਾਰ ਮਿਲਨੇ ਆ ਓ ਕੀ ਤੁਸੀਂ ਖਾਲੀ ਰਿਵੋਲਵਰ ਨਾਲ ਲੋਕਾਂ ਨੂੰ ਡਰਾਈ ਜਾਂਦੇ ਓਏ ਆ ਭਰੀ ਵੀ ਆ ਓ ਚੱਕ ਲੋ ਸਾਰਿਆਂ ਨੂੰ ਜਨਾਬ ਫੜੋ ਸਰ ਚੱਕੋ ਤੁਸੀਂ ਜਾ ਤੁਹਾਡਾ ਕੰਮ ਹੋ ਗਿਆ ਤੇ ਜਾ ਪਰੇ ਫੜੋ ਸਣ ਭਾਈ ਨਹੀਂ ਸਾ ਯਾਰ ਛੱਡ ਕੇ ਨਾ ਜਾ ਸਾਨੂੰ ਛੱਡ ਕੇ ਨਾ ਜਾ ਏਅਰਪੋਰਟ ਲੈ ਚਲੋ ਸਾਨੂੰ ਏਅਰਪੋਰਟ ਲੈ ਚਲੋ ਟੇਕ ਏਅਰਪੋਰਟ ਹੀ ਮੀ ਯੂ ਟੂ ਪਲੀਜ਼ 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 ਚਲੋ ਕੋਈ ਗੱਲ ਨਹੀਂ ਦੇਖਦੇ ਹੀਰ ਕਿਹੜੇ ਹੀਰੋ ਨੂੰ ਮਿਲਦੀ ਮੈਨੂੰ ਬਸ ਕਰੋ ਬਹਿ ਜਾ ਰੁਕ ਰੁਕ ਮੈਂ ਹੁਣ ਏਅਰਪੋਰਟ 'ਚ ਨਾ ਮਾਰੀ ਜਾ ਕੇ ਬੈਗ ਫੜਾਓ ਬੈਗ ਫੜਾਓ ਥੈਂਕ ਯੂ ਵੈਰੀ ਮੱਚ ਬਦਮਾਸ਼ ਜੀ ਰੱਬ ਤੁਹਾਡੀ ਬਦਮਾਸ਼ੀ 'ਚ ਬਰਕਤਾਂ ਪਾਵੇ ਆਜਾ 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 ਡੀਅਰ ਕਮ 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 ਜਲਦੀ ਜਾਓ ਡਰਾਈਵਰ ਦੇ ਕੋਲ ਵਾਲੀ ਸੀਟ ਮਿਲ ਜਾਊਗੀ ਹਾਂ ਯਾਰ ਚੇਲੇ ਹਾਂਜੀ ਉਸਤਾਦ ਜੀ ਯਾਰ ਐਸ ਕੁੜੀ ਦੀ ਸੁਪਾਰੀ ਲਿੱਤੀ ਅਸੀਂ ਉਸਤਾਦ ਜੀ ਮੈਂ ਨਹੀਂ ਤੁਸੀਂ ਮਤਲਬ ਐਸ ਕੁੜੀ ਨੂੰ ਮਾਰਨ ਜਾ ਰਹੇ ਸੀ ਅਸੀਂ ਮੈਂ ਨਹੀਂ ਉਸਤਾਦ ਜੀ ਤੁਸੀਂ ਮੈਂ ਨਹੀਂ ਤੁਸੀਂ ਮੈਂ ਨਹੀਂ ਤੁਸੀਂ ਠੀਕ ਆ ਮੈਂ ਸਮਝ ਗਿਆ ਹੁਣ ਮੇਰੇ ਰਿਟਾਇਰਮੈਂਟ ਦਾ ਟਾਈਮ ਆ ਗਿਆ ਹੈਲੋ ਬਾਈ ਇਹ ਤੁਹਾਡੀ ਆਖਰੀ ਪ੍ਰੋਡਕਸ਼ਨ ਲਈ ਇਹ ਗਨ ਵੀ ਰੱਖ ਲਓ ਤੇ ਹੁਣ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਲਓ ਇਹ ਸਮੋਸੇ ਵੀ ਤੁਸੀਂ ਖਾ ਲਓ ਉਸਤਾਦ ਜੀ ਹਾਂ ਇੱਕ ਗੱਲ ਕਹਾਂ ਕਹਿ ਦੇ ਬਾਈ ਉਸਤਾਦ ਜੀ ਤੁਹਾਡਾ ਕੱਲਾ ਟੇਡੀ ਹੁੰਦਾ ਜੀ ਉਹਦਾ ਦਿਲ ਵੀ ਬਹੁਤ ਵੱਡਾ ਕਾਕਾ ਜੀ ਵਰਦੀ ਮੈਂ ਅੱਧੀ ਪਾਨਾ ਕੰਮ ਮੈਂ ਪੂਰਾ ਹੀ ਕਰਦਾ ਮੁਕੁਲ ਦੇਵ ਬੁਰਾ ਵਾਲਾ ਤੂੰ ਵੀ ਮੈਨੂੰ ਰਾਜ ਬੱਬਰ ਦੇ ਮੁੰਡੇ ਵਰਗਾ ਹੀ ਲੱਗਦਾ ਫਿਰ ਥੈਂਕ ਯੂ ਲੱਗਦਾ ਲੇਟ ਹੋ ਗਿਆ ਉਹ ਕੁੜੀ ਲੈ ਕੇ ਭੱਜ ਗਿਆ ਮੈਨੂੰ ਵੀ ਇਹੀ ਲੱਗਦਾ ਲੈ ਕੇ ਭੱਜ ਗਿਆ ਉਹ ਹੈ ਸਾਲਿਓ ਤੁਹਾਡੇ ਵਰਗਾ ਕਮੀਨਾ ਨਹੀਂ ਜੱਟ ਭਜਾ ਕੇ ਨਹੀਂ ਵਿਆਹ ਕੇ ਲੈ ਕੇ ਜਾਓ ਜਦੋਂ ਲੈ ਕੇ ਗਿਆ ਬੋਰਡਿੰਗ ਪਾਸ ਦਵਾ ਕੇ ਲਿਆਇਆ ਤੁਹਾਡੀ ਭੂਆ ਨੂੰ ਮੈਂ ਕਿਹਾ ਸੀ ਨਾ ਜਾਣ ਤੋਂ ਪਹਿਲਾਂ ਮੈਂ ਆਪਣਾ ਫੈਸਲਾ ਦੱਸ ਕੇ ਜਾਵਾਂਗੀ ਕੋਈ ਗੱਲ ਨਹੀਂ ਜੀ ਤੁਸੀਂ ਆ ਕੇ ਦੱਸ ਦਿਓ ਹਾਂ ਨਾਲੇ ਵੈਸੇ ਵੀ ਗੀਤ ਪਿਆਰ 'ਚ ਜਲਦਬਾਜ਼ੀ ਚੰਗੀ ਨਹੀਂ ਹੁੰਦੀ ਆਲ ਵੇਟ ਫਾਰ ਯੂ ਤੁਸੀਂ ਪੜ੍ਹਾਈ ਵੜਾਈ ਆਰਾਮ ਨਾਲ ਖਤਮ ਕਰੋ ਜੀ ਮੈਨੂੰ ਕੋਈ ਕਾਲੀ ਨਹੀਂ
ਇੰਤਜ਼ਾਰ ਤਾਂ ਮੈਂ ਕਰ ਹੀ ਰਿਹਾ ਨਾਲੇ ਵੈਸੇ ਵੀ ਮੈਨੂੰ ਤੇਰੇ ਫੈਸਲੇ ਦਾ ਤਾਂ ਪਤਾ ਹੀ ਹੈ ਨਾ ਤੂੰ ਬਸ ਐਂ ਕਰੀ ਜਦੋਂ ਵਾਪਸ ਆਏਗੀ ਮੈਨੂੰ ਕਾਲ ਕਰਦੀ ਮੈਂ ਪਿੱਕ ਕਰ ਲਵਾਂਗਾ ਤੈਨੂੰ ਠੀਕ ਹੈ ਕੋਈ ਟੈਨਸ਼ਨ ਨਹੀਂ ਇੰਜੋਏ ਮੈਂ ਤੁਹਾਡੇ ਦਿਨਾਂ ਦਾ ਕਿਸ ਤਰ੍ਹਾਂ ਥੈਂਕ ਯੂ ਕਰਾਂ ਹਾਂ ਮੇਰੇ ਕੋਲ ਲਵਜ਼ ਹੀ ਨਹੀਂ ਹੈਗੇ ਥੈਂਕ ਯੂ ਪੁੱਪੀ ਥੈਂਕ ਯੂ ਗੀਤ ਥੈਂਕ ਯੂ ਥੈਂਕ ਯੂ ਓ ਯਾਰ ਲੇਟ ਹੋ ਜਾਣਾ हां चल लेट हो रही हूं बैठ कर को क्या चल रही अपना मेरा फिक्र मत करिन बस बाय लव यू बेबी लव यू ਨਹੀਂ ਚਾਹੁੰਦਾ ਕਿ ਮਾਵਾਂ ਦੇ ਛੇ ਛੇ ਫੁੱਟੇ ਪੁੱਤਰ ਸੜਕਾਂ ਤੇ ਪਾਗਲਾਂ ਵਾਂਗੂ ਤੁਰੇ ਫਿਰਨ ਇਸ ਗੀਤ ਪਿੱਛੇ ਸੈਡ ਗੀਤ ਗਾਉਂਦੇ ਫਿਰ ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰ ਦੇਣੀ ਚਾਹੁੰਦਾ ਕਿ ਗੀਤ ਜਾਣ ਤੋਂ ਪਹਿਲਾਂ ਮੇਰੇ ਕੰਨ ਦੇ ਵਿੱਚ ਬੜੇ ਪਿਆਰ ਨਾਲ ਕਹਿ ਗਈ ਹੈ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਨਾ ਦਿਲ ਤੇ ਪੱਥਰ ਰੱਖ ਕੇ ਸੁਣਿਓ ਬੜੇ ਪਿਆਰ ਨਾਲ ਕਹਿ ਗਈ ਮੈਨੂੰ ਮੈਂ ਨਾ ਫੈਸਲਾ ਕਰ ਲਿਆ ਤੂੰ ਹੀ ਮੇਰਾ ਜੀਵਨ ਸਾਥੀ ਬਣੇਗਾ ਪਰ ਏਅਰਪੋਰਟ ਤੇ ਮੈਂ ਇਹਨਾਂ ਦੋਹਾਂ ਦਾ ਦਿਲ ਨਹੀਂ ਤੋੜਨਾ ਚਾਹੁੰਦੀ ਹਾਂ ਸੋ ਤੂੰ ਇਹਨਾਂ ਨੂੰ ਬਚ ਦੱਸ ਦੇਗਾ ਓਕੇ ਪਾਗਲ ਹੋ ਗਏ ਦੋਵੇਂ ਜਣੇ ਯਾਰ ਲੱਗਦਾ ਕਿਤੇ ਡੂੰਘੇ ਸਦਮੇ ਚ ਚਲੇ ਗਏ ਨੇ ਮੈਂ ਫੈਸਲਾ ਕਰ ਲਿਆ ਤੂੰ ਹੀ ਮੇਰਾ ਜੀਵਨ ਸਾਥੀ ਬਣੇਗਾ ਪਰ ਏਅਰਪੋਰਟ ਤੇ ਨਾ ਮੈਂ ਇਹਨਾਂ ਦੋਨਾਂ ਦਿਲ ਨਹੀਂ ਤੋੜਨਾ ਚਾਹੁੰਦੀ ਹਾਂ ਤੂੰ ਨਾ ਇਹਨਾਂ ਨੂੰ ਬਾਅਦ 'ਚ ਦੱਸ ਦੀ ਉਹ ਇਹਨੂੰ ਫੜੋ ਇਹਨੇ ਮਰ ਜਾਣਾ ਜੇ ਕਰੀ ਕੀ ਜਾਂਦੇ ਯਾਰ ਉਹਨਾਂ ਚਾਹ ਦੇ ਲਾੜੇ ਨੂੰ ਨਹੀਂ ਚੜਿਆ ਜਿੰਨਾ ਬਰਾਤੀ ਖੁਸ਼ ਹੋਣ ਡਏ ਨੇ ਇਹਦਾ ਮਤਲਬ ਪਤਾ ਕੀ ਵੈਸੇ ਮੈਂ ਸਮਝਣਾ ਵੀ ਜਿਹੜੀ ਉਹ ਫਿਲਮ ਆਮਿਰ ਖਾਨ ਨੇ ਬਣਾਈ ਹੈ ਨਾ ਗਲਤ ਸਬਜੈਕਟ ਤੇ ਬਣਾ ਗਿਆ ਉਹਨੂੰ ਸਾਡੇ ਤੇ ਬਣਾਉਣੀ ਚਾਹੀਦੀ ਸੀ 3 idiots ਵੈਸੇ ਗੀਤ ਜੋ ਹੈ ਨਾ ਇੱਕ ਗੱਲ ਸਾਬਿਤ ਕਰ ਗਈ ਕਿ ਅਸੀਂ ਤਿੰਨੋਂ ਜਾਣਾ ਬਹੁਤ ਵੱਡੇ ਬੇਵਕੂਫ ਚਲੋ ਤੁਸੀਂ ਬੇਵਕੂਫ ਕਹਿੰਦੇ ਹੋ ਤਾਂ ਮੈਂ ਕੰਮ ਚਲਾ ਲਾਂਗਾ ਕਹਿਣਾ ਤੁਹਾਨੂੰ ਕੁਛ ਹੋਰ ਚਾਹੁੰਦਾ ਸੀ ਚੱਲੀਏ ਆਪਾਂ ਹਲੇ ਹੋਰ ਬੰਨਾ ਇੱਕ ਮਿੰਟ ਤੁਹਾਨੂੰ ਛੱਡ ਦੇਣਾ ਆ ਜਾਓ ਹੁਣ ਨਹੀਂ ਮੇਰੀ ਤਾਂ ਖੈਰ ਵਿਆਹ ਵਾਲੀ ਘੋੜੀ ਵੀ ਹੁਣ ਕਿਸੇ ਟਾਂਗੇ ਨਾਲ ਲੱਗ ਗਈ ਹੋਣੀ ਜਾ ਕੇ ਮੈਂ ਤਾਂ ਫਿਰ ਟਾਂਗੇ ਤੇ ਹੀ ਜਾਣਾ ਚੱਲ ਤੂੰ ਆ ਜਾ ਨਹੀਂ ਯਾਰ ਇੰਨੀ ਟ੍ਰੈਜਡੀ ਦੇ ਬਾਅਦ ਨਾ ਮੈਂ ਲੋਕਾਂ ਨਾਲ ਨਜ਼ਰਾਂ ਨਹੀਂ ਮਿਲਾ ਸਕਦਾ ਫਿਰ ਕੀ ਕਰੇਗਾ ਚਲੋ ਫਿਰ ਚੰਗਾ ਚੰਗਾ ਕੁੜੀ ਤਾਂ ਘੈਂਟ ਲੱਗਦੀ ਹੈ ਯਾਰ ਸਾਗਰ ਗੀਤ ਨਾਈਸ ਟੂ ਮੀਟ ਯੂ ਸੇਮ ਹੇਅਰ